ਸ਼ਸ਼ੀਆ ਕਾਲ ਜੀ ਸੋ ਹੀ ਪ੍ਰੋਪਰਟੀਆਂ ਚੈਨਲ ਵੇਖ ਰਹੇ ਸਾਰੇ ਹੀ ਵੀਰਾਂ ਦਾ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਹਾਂ ਅੱਜ ਲੈ ਕੇ ਆਏ ਹਾਂ ਜੀ ਤੁਹਾਡੇ ਲਈ 65 ਕਿੱਲੇ ਦਾ 128 ਟੱਕ ਵੀਡੀਓ ਵਿੱਚ ਆਖਰੀ ਤੱਕ ਬਣੇ ਰਹੋ ਤਾਂ ਕਿ ਤੁਸੀਂ ਸਾਰੀ ਜ਼ਮੀਨ ਨੂੰ ਚੰਗੀ ਤਰ੍ਹਾਂ ਵੇਖ ਸਕੋ ਤੇ ਸਮਝ ਸਕੋ ਠੀਕ ਹੈ ਜੀ ਸਭ ਤੋਂ ਪਹਿਲਾਂ ਲੋਕੇਸ਼ਨ ਬਾਰੇ ਸੁਣ ਲਓ ਜੀ ਜੋ ਇਹ ਜ਼ਮੀਨ ਹੈ ਇਹ ਤਹਿਸੀਲ ਰਾਜਪੁਰੇ ਤੇ ਜ਼ਿਲ੍ਹੇ ਪਟਿਆਲੇ ਵਿੱਚ ਆਉਂਦੀ ਹੈ ਤਹਿਸੀਲ ਰਾਜਪੁਰੇ ਤੇ ਜ਼ਿਲ੍ਹੇ ਪਟਿਆਲੇ ਵਿੱਚ ਪੈਂਦੀ ਹੈ ਜੀ ਇਕੱਠਾ ਹੀ ਟੱਕ ਹੈ ਜੀ 65 ਕਿੱਲੇ ਦਾ ਇਹ ਰੋਡ ਨੂੰ ਫਰੰਟ ਹੈ ਇਹਦਾ ਜਿਸ ਰੋਡ ਨੂੰ ਫਰੰਟ ਹੈ 18 ਫੁੱਟੀ ਰੋਡ ਹੈ ਜੀ ਇਹ ਤੁਸੀਂ ਵੇਖੇ ਰਹੇ ਹੋ ਵੀਡੀਓ ਵਿੱਚ 18 ਫੁੱਟੀ ਰੋਡ ਹੈ ਜੀ ਦੇਖੋ ਜੀ ਇੱਥੇ ਜ਼ਮੀਨ ਸ਼ੁਰੂ ਹੋ ਜਾਂਦੀ ਹੈ ਜੋ ਰੋਡ ਨੂੰ ਫਰੰਟ ਲੱਗਦਾ ਹੈ 65 ਕਿੱਲਿਆਂ ਦਾ 15 ਤੋਂ 20 ਕਿੱਲਿਆਂ ਵਿੱਚ ਫਰੰਟ ਹੋਊਗਾ ਰੋਡ ਨੂੰ ਤੇ ਫਰੰਟ ਲੱਗੇ ਜਮੀਨ ਪਿੱਛੇ ਨੂੰ ਵੱਧ ਜਾਂਦੀ ਹੈ तकरीबन ਪੂਰੀ ਚੌਥੀ ਜਮੀਨ ਹੈ ਜੀ ਇਹ ਕੋਈ ਵੱਡੀ ਲਾਈਨ ਨਹੀਂ ਹੈਗੀ ਇਸ ਜਮੀਨ ਵਿੱਚ ਸਾਫ਼ ਜਮੀਨ ਹੈ ਜੀ 60 ਕਿੱਲੇ ਇੱਕ ਪਾਰਟੀ ਦੇ ਨੇ ਤੇ 5 ਕਿੱਲੇ ਨਾਲ ਕਿਸੇ ਦੇ ਹੋਰ ਜੋੜ ਕੇ 65 ਕਿੱਲੇ ਜਮੀਨ ਬਣਦੀ ਹੈ ਜੀ ਇਹ 60 ਕਿੱਲੇ ਤਕਸੀਮ ਨੇ ਜੀ ਤੇ ਜੋ ਪੰਜ ਕਿੱਲੇ ਪਿੱਛੇ ਬਚਦੇ ਨੇ ਉਹ ਮਸਤਰਕੇ ਵਿੱਚ ਨੇ ਫਿਲਹਾਲ ਤਾਂ ਜੋ ਆਪਾਂ ਨੂੰ ਇੱਥੇ ਮੋਟਰਾਂ ਮਿਲਣਗੀਆਂ ਸੱਤ ਮੋਟਰਾਂ ਮਿਲਣਗੀਆਂ ਜੀ 65 ਕਿੱਲੇ ਵਿੱਚ ਠੀਕ ਹੈ ਜੀ 40 ਤੇ 45 ਕਿੱਲਿਆਂ ਵਿੱਚ ਤੁਹਾਨੂੰ ਪਾਈਪਲਾਈਨ ਹੋਈ ਵੀ ਮਿਲੂਗੀ ਜੀ ਤੇ ਜੋ ਪਿੱਛੇ 20 ਤੇ 25 ਕਿੱਲੇ ਬਚਦੇ ਨੇ ਉਹ ਬਿਨਾਂ ਪਾਈਪ ਲਾਈਨ ਤੋਂ ਨੇ ਠੀਕ ਹੈ ਜੋ ਉੱਥੇ ਪਾਣੀ ਦਾ ਲੈਵਲ ਚੱਲ ਰਿਹਾ ਜੀ ਮੋਟਰਾਂ ਦਾ 200 ਫੁੱਟ ਦੇ ਕਰੀਬ ਪਾਣੀ ਦਾ ਲੈਵਲ ਹੈ ਜੀ ਸੱਤ ਮੋਟਰਾਂ ਨੇ ਪਾਣੀ ਦੀ ਕੋਈ ਵੀ ਕਮੀ ਨਹੀਂ ਹੈਗੀ ਇਹ ਜ਼ਮੀਨ ਵਿੱਚ ਜੀ ਬਹੁਤ ਵਧੀਆ ਫਰੰਟ ਹੈ ਜ਼ਮੀਨ ਦਾ ਬਹੁਤ ਵਧੀਆ ਲੋਕੇਸ਼ਨ ਹੈ ਸਾਰੇ ਦਰਸ਼ਕ ਵੀਡੀਓ ਵਿੱਚ ਆਖਰੀ ਤੱਕ ਬਣੇ ਰਹੋ ਚੰਗੀ ਤਰ੍ਹਾਂ ਜ਼ਮੀਨ ਨੂੰ ਸਮਝ ਲਿਓ ਜੀ ਤੇ ਜਿਨ੍ਹਾਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਅੱਗੇ ਆਉਣ ਵਾਲੀਆਂ ਹੋਰ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਹੋ ਤਾਂ ਕਿ ਜੋ ਸੱਜਣ ਇਹ ਜੀ ਪ੍ਰਾਪਰਟੀ ਵੇਖ ਰਹੇ ਨੇ ਜਾਂ ਕੋਈ ਵੀ ਉਹਨਾਂ ਨੂੰ ਹੋਰ ਪ੍ਰਾਪਰਟੀ ਚਾਹੀਦੀ ਹੈ ਉਹ ਸਾਡੇ ਚੈਨਲ ਨੂੰ ਤੱਕ ਪਹੁੰਚ ਸਕਣ ਠੀਕ ਹੈ ਜੀ ਮੌਕੇ ਤੇ 3-4 ਕਿੱਲੇ ਵਿੱਚ ਗੋਭੀ ਲੱਗੀ ਹੋਈ ਹੈ ਜੀ ਤੇ 10-15 ਕਿੱਲੇ ਵਿੱਚ ਆਲੂ ਦੀ ਵਜਾਈ ਹੋ ਚੁੱਕੀ ਹੈ ਤੇ ਬਾਕੀ ਜ਼ਮੀਨ ਵਿੱਚ ਜੀਰੀ ਲੱਗੀ ਹੋਈ ਸੀ ਜੋ ਵੱਢ ਲਈਤੀ ਹੈਗੀ ਐ ਠੀਕ ਹੈ ਜੀ ਇਹ ਮੋਟਰ ਹੈ ਜੀ ਤੇ ਬਾਕੀ ਵੀ ਮੋਟਰਾਂ 6 ਮੋਟਰਾਂ ਹੋਰ ਨੇ ਤੁਹਾਨੂੰ ਵੀਡੀਓ 'ਚ ਦਿਖਾ ਨਹੀਂ ਸਕਾਂਗੇ ਕਿਉਂਕਿ ਫਿਰ ਟਾਈਮ ਕਾਫੀ ਲੰਬੀ ਹੋ ਜੂਗੀ ਵੀਡੀਓ ਦੇਖੋ ਜੀ ਆ ਮੋਟਰ ਹੈ 200 ਵੋਟ ਦੇ ਕਰੀਬ ਵਾਟਰ ਲੈਵਲ ਹੈ ਜੀ ਇੱਥੇ ਸੱਤ ਕਨੈਕਸ਼ਨ ਮਿਲਣਗੇ ਜੇ ਤੁਹਾਨੂੰ ਜੋ ਉੱਥੇ ਠੇਕਾ ਚੱਲ ਰਿਹਾ ਹੈ ਜੀ 60000 ਦੇ ਕਰੀਬ ਠੇਕਾ ਹੈ ਜੀ ਇੱਥੇ ਅੱਜ ਦੇ ਟਾਈਮ ਵਿੱਚ ਬਹੁਤ ਉਪਜਾਊ ਜ਼ਮੀਨ ਹੈ ਜੀ ਸਬਜ਼ੀਆਂ ਲਈ ਕਣਕ ਲਈ ਜੀਰੀ ਲਈ ਆਲੂ ਲਈ ਸਭ ਫਸਲਾਂ ਇੱਥੇ ਹੁੰਦੀਆਂ ਨੇ ਜੀ ਤੇ ਬਾਈ ਜੀ ਇੱਥੇ ਇੱਕ ਹੋਰ অপਸ਼ਨ ਅਵੇਲੇਬਲ ਹੈ ਜੇ ਕਿਸੇ ਮੇਰੇ ਵੀਰ ਨੇ ਇੱਥੇ 40 ਕਿੱਲੇ ਲੈਣੇ ਹੋਣ ਤਾਂ ਉਹ ਵੀ ਇੱਥੇ 40 ਕਿੱਲੇ ਬਣਦੇ ਨੇ ਠੀਕ ਹੈ ਜੀ ਦੋਨੇ অপਸ਼ਨ ਅਵੇਲੇਬਲ ਨੇ 40 ਲੈਣੇ ਹੋਣ 40 ਮਿਲ ਜਾਣਗੇ 65 ਲੈਣੇ ਹੋਣ 65 ਮਿਲ ਜਾਣਗੇ ਤੇ 60 ਲੈਣੇ ਹੋਣ 60 ਮਿਲ ਜਾਣਗੇ ਠੀਕ ਹੈ ਜੀ ਜੋ ਇਹ ਪ੍ਰੋਪਰਟੀ ਦੀ ਲੋਕੇਸ਼ਨ ਹੈ ਜੀ ਇਹ ਰਾਜਪੁਰੇ ਸ਼ਹਿਰ ਤੋਂ 5 ਕਿਲੋਮੀਟਰ ਦੀ ਦੂਰੀ ਤੇ ਹੋਊਗੀ ਠੀਕ ਹੈ ਜੀ 18 ਫੁੱਟਾ ਰੋਟ ਆਂਦਾ ਏ ਪ੍ਰੋਪਰਟੀ ਨੂੰ ਇਹਨੂੰ ਜੋ ਲੱਗਦਾ ਹੈਗਾ ਏ ਤੇ ਬਨੂੜ ਤੋਂ 12 ਤੋਂ 13 ਕਿਲੋਮੀਟਰ ਹੋਊਗੀ ਤੇ ਜੋ ਮੁਹਾਲੀ ਦੇ ਨਵੇਂ ਸੈਕਟਰ ਬਣੇ ਨੇ 1098734 ਉਸ ਰੋਡ ਤੋਂ ਇਹ ਜ਼ਮੀਨ ਦੀ ਲੋਕੇਸ਼ਨ 17 ਤੇ 18 ਕਿਲੋਮੀਟਰ ਦੇ ਬਣਦੀ ਹੈ ਤੇ ਜੋ ਮੁਹਾਲੀ ਜ਼ਿਲ੍ਹਾ ਸ਼ੁਰੂ ਹੁੰਦਾ ਹੈ ਉਹ ਸਿਰਫ ਤੇ ਸਿਰਫ 7 ਤੋਂ 8 ਕਿਲੋਮੀਟਰ ਦੀ ਦੂਰੀ ਤੋਂ ਸ਼ੁਰੂ ਹੋ ਜਾਂਦਾ ਹੈ ਠੀਕ ਹੈ ਜੀ ਇਹ ਪਟਿਆਲੇ ਜ਼ਿਲ੍ਹੇ ਦੀ ਪ੍ਰਾਪਰਟੀ ਹੈ ਇਦਾਂ ਹੀ ਚੰਡੀਗੜ੍ਹ ਵਾਲਿਆਂ ਨੂੰ ਪਟਿਆਲੇ ਵਾਲਿਆਂ ਨੂੰ ਸਰਹੰਦ ਵਾਲਿਆਂ ਨੂੰ ਲੁਧਿਆਣੇ ਵਾਲਿਆਂ ਨੂੰ ਸਾਰਿਆਂ ਨੂੰ ਸੂਟੇਬਲ ਹੈ ਜੀ ਪ੍ਰਾਪਰਟੀ ਇਕੱਠਾ ਹੀ ਟੱਕ ਹੈ 65 ਗਿੱਲਿਆਂ ਦਾ ਜੇ ਕੋਈ ਮੇਰਾ ਵੀਰ ਚਾਹਵਨ ਹੋਵੇ ਉਹ ਸਾਡੇ ਤੋਂ ਹੋਰ ਜਾਣਕਾਰੀ ਲੈ ਸਕਦਾ ਹੈ ਗੱਲਬਾਤ ਕਰ ਸਕਦਾ ਹੈ ਇਸ ਪ੍ਰਾਪਰਟੀ ਦੇ ਰਿਗਾਰਡਿੰਗ ਖੇਤੀ ਲਈ ਤਾਂ ਇਹ ਪ੍ਰਾਪਰਟੀ ਵਧੀਆ ਹੈਗੀ ਹੋ ਹੈਗੀ ਹੈ ਜੀ ਇਹ ਜ਼ਮੀਨ ਤੇ ਇਹ ਜ਼ਮੀਨ ਦੇ ਲਵੇ ਲਾਗ ਨੇੜੇ ਕਾਫੀ ਛੋਟੀ ਮੋਟੀ ਫੈਕਟਰੀਆਂ ਖੁੱਲੀਆਂ ਹੋਈਆਂ ਨੇ ਤੇ ਜੇ ਕਿਸੇ ਵੀ ਨਵੀਰ ਨੇ ਕੋਈ ਹੋਰ ਕੰਮਕਾਰ ਕਰਨਾ ਹੋਵੇ ਕੋਈ ਵੱਡਾ ਕੰਮਕਾਰ ਕਰਨਾ ਹੋਵੇ ਉਹ ਵੀ ਇੱਥੇ ਇਸ ਜ਼ਮੀਨ ਵਿੱਚ ਕਰ ਸਕਦੇ ਨੇ ਠੀਕ ਹੈ ਜੀ ਇੱਕ ਵਾਰ ਦੁਬਾਰਾ ਤੋਂ ਮੈਂ ਸਮਝਾ ਦਿੰਦਾ ਜੀ 60 ਕਿੱਲੇ ਜਮੀਨ ਮੜਨਦੀ ਇੱਥੇ ਜੇ ਕਿਸੇ ਨੇ 40 ਲੈਣੇ ਹੋਣ ਤਾਂ 40 ਮਿਲ ਜਾਣਗੇ 60 ਕਿੱਲੇ ਤਕਸੀਮ ਨੇ ਜੀ 5 ਕਿੱਲੇ ਮਸਤਰ ਕੇ ਜੇ ਨੇ 7 ਮੋਟਰਾਂ ਮਿਲ ਜਾਣਗੀਆਂ ਪਾਣੀ ਦਾ ਲੈਵਲ 200 ਫੁੱਟ ਦੇ ਕਰੀਬ ਹੈ ਜੀ ਸ਼ਹਿਰ ਤੋਂ 5 ਕਿਲੋਮੀਟਰ ਦੀ ਪਊਗੀ ਪ੍ਰਾਪਰਟੀ ਆ ਠੀਕ ਹੈ ਜੀ ਜੋ ਰੇਟ ਹੈ ਮਾਲਕ ਵੀਰਾ ਨੇ ਦੱਸਣ ਤੋਂ ਮਨਾ ਕੀਤਾ ਹੈ ਜੇ ਕਿਸੇ ਨੇ ਜ਼ਮੀਨ ਦੇਖਣੀ ਹੋਵੇ ਰੇਟ ਜਾਨਣਾ ਹੋਵੇ ਉਹ ਨੀਚੇ ਹੋਏ ਦਿੱਤੇ ਨੰਬਰ ਤੇ ਕਾਲ ਕਰਕੇ ਰੇਟ ਜਾਣ ਸਕਦਾ ਹੈ ਤੇ ਜਮੀਨ ਨੂੰ ਵੇਖਣਾ ਆ ਸਕਦਾ ਹੈ। ਇਦਾਂ ਹੀ ਤੁਹਾਡੇ ਲਈ ਹੋਰ ਨਵੀਂ-ਨਵੀਂ ਪ੍ਰੋਪਰਟੀਆਂ ਲੈ ਕੇ ਆਉਂਦੇ ਰਾਵਾਂਗੇ ਜੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇਓ ਤੇ ਲਾਈਕ ਜ਼ਰੂਰ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ। ਤੇ ਜੇ ਕਿਸੇ ਮੇਰੇ ਵੀਰ ਨੇ ਕੋਈ ਹੋਰ ਛੋਟੀ ਵੱਡੀ ਪ੍ਰੋਪਰਟੀ ਖਰੀਦਣੀ ਹੋਵੇ ਜਾਂ ਕਿਸੇ ਨੇ ਵੇਚਣੀ ਹੋਵੇ, ਸੇਲ ਕਰਨੀ ਹੋਵੇ, ਉਹ ਵੀ ਸਾਨੂੰ ਸੰਪਰਕ ਜ਼ਰੂਰ ਕਰਨਾ। ਉਹਨਾਂ ਦਾ ਕੰਮ ਜਲਦ ਤੋਂ ਜਲਦ ਕਰਵਾਵਾਂਗੇ ਜੀ। ਠੀਕ ਹੈ ਜੀ ਅੱਜ ਦੀ ਇਹ ਵੀਡੀਓ ਇੱਥੇ ਹੀ ਸਮਾਪਤ ਕਰਦੇ ਹਾਂ ਮਿਲਦੇ ਆਂ ਅਗੇ ਕਿਸੇ ਹੋਰ ਨਵੀਂ ਵੀਡੀਓ ਵਿੱਚ ਠੀਕ ਹੈ ਜੀ ਸਤਿ ਸ੍ਰੀ ਅਕਾਲ